ਕਰਤਾਰਪੁਰ ਸਾਹਿਬ ਕਾਰਿਡੋਰ ਦੇ ਨੀ ਪਥਸ ਸਮਾਗਮੇ ਸ਼ਾਮਲ ਹੋਣ ਦਾ ਆਪ ਪਾਰਟੀ ਕੋ ਕੋਈ ਵੀ ਨਿਯਮ ਨਾ ਦਿੱਤਾ ਗਿਆ ਇਹ ਕਹਿ ਰਿਹਾ ਹੈ ਵਿਪਕਸ਼ੀ ਪਾਰਟੀ ਦੇ ਨਿਤਾ ਹਰਪਾਲ ਸਿੰਘ ਚੀਮਾ ਕਾ ਜੋ ਕਿ ਬਟਾਲਾ ਮੇ ਆਪ ਪਾਰਟੀ ਕੇ ਵਰਕਰੋ ਸੇ ਮਿਲਨੇ ਪਹੁੰਚੇ ਥੇ ਵੇ ਹਰਪਾਲ ਚੀਮਾ ਨੇ ਪੰਜਾਬ ਕੇ ਇੰਡਸਟਰੀ ਕੇ ਘਾਟੇ ਮੇ ਜਾਣ ਕੋ ਲੈਕਰ ਵੀ ਪੰਜਾਬ ਸਰਕਾਰ ਕੀ ਨੀਤੀਆਂ ਉਪਰ ਸਵਾਲ ਖੜੇ ਕੀ ਗੁਰਦਾਸਪੁਰ ਸੇ ਸੁਖਵੀਰ ਸਿੰਘ ਦੇਖੋ ਕਰਤਾਰਪੁਰ ਲੰਗਿਦਾਰ ਸਰਕਾਰ ਦਾ ਪ੍ਰੋਗਰਾਮ ਸੀ ਸਾਨੂੰ ਹਜੇ ਤੱਕ ਕੋਈ ਇਨਵੀਟੇਸ਼ਨ ਹੀ ਆਈ ਹੈਗੀ ਪਰ ਮੈਂ ਦੂਜੇ ਪਾਸੇ ਸਰਕਾਰ ਨੂੰ ਤੁਹਾਡੇ ਜਰੀਏ ਬੇਨਤੀ ਕਰਨਾ ਚਾਹਾਂਗਾ ਬਟਾਲੇ ਦੇ ਵਿੱਚ ਗੁਰਨਾਨਕ ਸਾਹਿਬੀ ਦਾ ਬਹੁਤ ਵੱਡਾ ਜਿਹੜਾ ਸਬੰਧ ਹੈਗਾ ਉਹਨਾਂ ਦਾ ਵਿਆਹ ਪੁਰਬ ਇੱਥੇ ਮਨਾਇਆ ਜਾਂਦਾ ਗਿਆ ਵਿਆਹ ਹੋਇਆ ਸੀਗਾ ਉਸ ਨੂੰ ਲੈ ਕੇ ਬਟਾਲਾ ਸ਼ਹਿਰ ਨੂੰ ਵੀ ਜਿਹੜਾ ਹੈਗਾ ਜਿਵੇਂ ਸੁਲਤਾਨਪੁਰ ਲੋਧੀ ਤੇ ਬਾਬਾ ਬਕਾਲਾ ਵਿਕਸਿਤ ਕੀਤਾ ਜਾ ਰਿਹਾ ਡੇਰਾ ਬਾਬਾ ਨਾਨਕ ਨੂੰ ਵਿਕਸਿਤ ਕੀਤਾ ਜਾ ਰਿਹਾ ਉਸੇ ਤਰ੍ਹਾਂ ਬਟਾਲਾ ਨੂੰ ਵਿਕਸਿਤ ਕਰਨਾ ਪड़ਦਾ ਹੈਗਾ ਔਰ ਬਟਾਲਾ ਦੇ ਵਿੱਚ ਜਿਹੜੀ ਇੰਡਸਟਰੀ ਆ ਜਿਹੜੀ ਲੋਕਲ ਇੰਡਸਟਰੀ ਹੈ ਟੋਟਲ ਬੰਦ ਹੋ ਚੁੱਕੀ ਆ ਔਰ ਬਹੁਤ ਸਾਰੇ ਜਿਹੜੇ ਯੂਨਿਟ ਦੇ ਇਥੋਂ ਪਲਾਨ ਕਰਕੇ ਹਮਾਤਲ ਚਲੇ ਗਏ ਨੇ ਹਮਾਤਲ ਚ ਜਾ ਕੇ ਤਾਂ ਉਹ ਕੰਪੈਸਾ ਕਮਾ ਰਹੇ ਨੇ ਪਰ ਬਟਾਰੇ ਦੇ ਵਿੱਚੋਂ ਘਾਟੇ ਜਾ ਰਹੇ ਸੀਗੇ ਸੋ ਮੈਂ ਸਮਝਦਾ ਕਿ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਆ ਉਹ ਇੰਡਸਟਰੀ ਦੇ ਖਿਲਾਫ ਆ ਜਿਹੜੇ ਵਪਾਰੀਆਂ ਦੇ ਖਿਲਾਫ ਆ